सो हे गाइस, की हाल चाल सब दो फुली सारे कैट हम होंगे द बैड इन अस घराया शिव देओल म्यूजिक एंड मिक्स मास्टर वीडियो बाय विच स्टोरी स्टार्ट काला सिक कल्चर प्रेजेंट्स यस घराया ऑन द ट्रैक ना मैं चंगा ना यो चंगी मैं भी बदल गया ओ भी दो रंगी ना मैं चंगा ना यो चंगी मैं भी बदल गया ओ भी दो रंगी तेरे बिन बड़े औखे कटे दिन अखियां दे विच चौबी सत्त हुंदी किन मिन फोन बंद रहिंदा जिहड़ा करदा सी रहिंदा रिंग हुण रात जगा मैं मैनू वज जांदे दिन ਕੀ ਬੋਝ ਲੱਗੇ ਬੜੇ ਬੜੇ ਰੋਗ ਲੱਗੇ ਚੁੱਪੇ ਉਸ ਬਨੋ ਨਾਲੇ ਦਿਲ ਨੂੰ ਵੀ ਲੋਕ ਲੱਗੇ ਸ਼ੌਂਕ ਵੀ ਨਾ ਸ਼ੌਂਕ ਲੱਗੇ ਗਮਾਂ ਨੂੰ ਨਾ ਰੋਕ ਲੱਗੇ ਦੇਖ ਮੇਰਾ ਹਾਲ ਮਾੜਾ ਕਹਿਣ ਮੈਨੂੰ ਲੋਕ ਲੱਗੇ ਹੁਣ ਵੋ ਦ ਲਿਰਿਕਸ ਐਂਡ ਦ ਫਲੋ ਇਟਸ ਸੋ ਗੁੱਡ ਐਂਡ ਬੀਟ ਵੀ ਥੋੜੀ ਡਰਮ ਜੇ ਵਾਲੀ ਬੀਟ ਆ ਨਾਰਮਲ ਬੀਟ ਨਹੀਂ ਹੈਗੀ ਨਾਈਸ ਕਿ ਸਾਰੇ ਰੰਗ ਕੁਝ ਹੁੰਦਾ ਨਹੀਂ ਪਸੰਦ ਕਰਨਾ ਵੀ ਨਹੀਂ ਖੁਸ਼ ਮੈਂ ਕਿਸੇ ਨਾਲ ਵੀ ਤੰਗ ਤੇਰਾ ਚਿਹਰਾ ਦਿਸੀ ਜਾਵੇ ਜਦੋਂ ਖਤਰਾ ਬਰ ਰੋਜ਼ਣਾ ਦਿਲ ਮਾਰ ਜ਼ਿੰਦਗੀ ਹੀ ਬੜੀ ਜੰਗ ਹਰੇ ਜਜ਼ਬਾਤ ਬੜੇ ਬੜੇ ਨੇ ਹਾਲਾਤ ਹੁਣ ਚੂਰ ਚੂਰ ਮੈਂ ਗਮਤੀ ਨਾ ਪੂਰਾ ਕਾਟ ਹੁਣ ਹੋਲਾ ਹੋ ਜੇ ਦਿਲ ਮੇਰਾ ਲਿਖਾ ਦਿਨ ਰਾਤ ਉਹਨੇ ਸੁਣੀ ਚੱਲੀ ਹੁਣ ਬਸ ਮੈਂ ਦਿਨ ਰਾਤ ਲਿਖੀ ਚੱਲਾਂ ਤੂੰ ਸੁਣੀ ਚੱਲੀ ਠੀਕ ਆ ਇੱਕ ਨਾ ਬਾਈ ਦੀ ਵੋਕਲ ਥੋੜ੍ਹੀ ਇੱਦਾਂ ਦੀ ਆ ਲਾਈਕ ਸੱਚੀ ਜਿਵੇਂ ਬੜਾ ਦੁੱਖ ਜਿਹਾ ਹੁੰਦਾ ਨਾ ਬੰਦੇ ਨੇ ਅੰਦਰੋਂ ਤੇ ਬੰਦਾ ਕੁੜਾ ਘਰੋੜ ਕੇ ਜੇ ਖਿੱਚ ਕੇ ਜੇ ਗਾ ਰਿਹਾ ਹੁੰਦਾ ਉਸ ਤਰੀਕੇ ਨਾਲ ਅਤੇ ਇਹ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੁਸੀਂ ਕਿਵੇਂ ਐਕਸਪਲੇਨ ਕਰਾਂ ਉਹ ਚੀਜ਼ ਨਾ ਜਿਹੜਾ ਬੰਦਾ ਜਿਹੜਾ ਵੀ ਬੰਦਾ ਇਸ ਟਾਈਮ 'ਤੇ ਇਸ ਗਾਣੇ ਨੂੰ ਸੁਣ ਰਿਹਾ ਠੀਕ ਆ ਚਾਹੇ ਤੁਸੀਂ ਇਕੱਲੇ ਜਾ ਕੇ ਬਾਜੇ ਸੁਣ ਲਿਓ ਚਾਹੇ ਰਿਐਕਸ਼ਨ ਸੁਣ ਰਹੇ ਹੋ ਸੁਣਦੇ ਹੋਏ ਤੁਹਾਨੂੰ ਨਾ ਇੱਕ ਵਾਈਬ ਆਊਗੀ ਇੱਦਾਂ ਕਿ ਹਾਂ ਯਾਰ ਬੰਦਾ ਨਾ ਸੱਚੀ ਜਿਵੇਂ ਸੁਣਾ ਹੀ ਰਿਹਾ ਮਤਲਬ ਉਹਨੂੰ ਕੁੜੀ ਨੂੰ ਸੁਣਾ ਰਿਹਾ ਉੱਦਾਂ ਦੀ ਪੂਰੀ ਵਾਈਬ ਆ ਰਹੀ ਹੈ ਦਿਲ ਵਿੱਚ ਕਿੰਨੇ ਹੀ ਸਵਾਲ ਰਹਿ ਗਏ ਨਾ ਹੁਣ ਦੇਖ ਆਪਾਂ ਕੱਲੇ ਕੱਲੇ ਬਹਿ ਗਏ ਹਾਂ ਇੱਕ ਦੂਜੇ ਨੂੰ ਅਲਵਿਦਾ ਕਹਿ ਗਏ ਹਾਂ ਖੁੜੇ ਯਾਰੀ ਵਿੱਚੋਂ ਲੱਭ ਤੇਰੇ ਫਾਇਦੇ ਆ ਹੁਣ ਫਾਸਲੇ ਨੇ ਫਾਸਲੇ ਬਸ ਯਾਦਾਂ ਦੇ ਆ ਆਸਰੇ ਮੈਂ ਵੀ ਕਹਿਤਾ ਤੇਰੀ ਲੋੜ ਨਹੀਂ ਤੂੰ ਵੀ ਕਹਿਤਾ ਜਿਹਦੇ ਨਾਲ ਤੂੰ ਰਹਿੰਦੀ ਆ ਹੁਣ ਉਹਦੀ ਗੱਲ ਮੰਨਿਆ ਕਰ ਉਹਦੇ ਨਾਲ ਰਿਹਾ ਕਰ ਉਹਦੇ ਨਾਲ ਦਗਾ ਕਰੇ ਠੀਕ ਆ ਉਹਦੇ ਨਾਲ ਨਿਕਾਹ ਕਰ ਕੀ ਲਿਖਿਆ ਐਂਡ ਚ ਕੀ ਬੋਲਿਆ ਤਬਾਹ ਕਰੇ ਉਹਦਾ ਕਹਿਣਾ ਮੰਨਿਆ ਕਰੇ ਉਹਦੇ ਨਾਲ ਨਾ ਦਗਾ ਕਰੇ ਉਹਦੇ ਨਾਲ ਨਾ ਦਗਾ ਕਰੇ ਓਕੇ ਸੁਣੀ ਚੱਲੇ ਦ ਬੈਡਨੈਸ ਬੇਬੀ ਸੋ ਬਹੁਤ ਹੀ ਯਾਰ ਨਵੇਂ ਨਵੇਂ ਆਰਟਿਸਟ ਉੱਠ ਕੇ ਆ ਰਹੇ ਨੇ ਬਹੁਤ ਹੀ ਇੱਕ ਵੱਖਰਾ ਫਲੋ ਲੈ ਕੇ ਆ ਰਹੇ ਨੇ ਬਹੁਤ ਹੀ ਇੱਕ ਔਰਗੈਨਿਕ ਜੀ ਚੀਜ਼ ਲੈ ਕੇ ਆ ਰਹੇ ਨੇ ਬਹੁਤ ਲਿਮਿਟਡ ਬੰਦੇ ਹੁੰਦੇ ਆ ਪ੍ਰੋਜੈਕਟ ਦੇ ਵਿੱਚ ਅਤੇ ਉਹ ਬੜੀ ਘੈਂਟ ਚੀਜ਼ ਲੈ ਕੇ ਆ ਰਹੇ ਨੇ ਇੱਕ ਓਰੀਜਨਲ ਮਿਊਜ਼ਿਕ ਲੈ ਕੇ ਆ ਰਹੇ ਨੇ ਡਿਫਰੈਂਟ ਤਰੀਕੇ ਦੇ ਜੋਨਰਸ ਇੰਟਰੋਡਿਊਸ ਹੋ ਰਹੇ ਨੇ ਇੰਡਸਟਰੀ ਦੇ ਵਿੱਚ ਸੋ ਉਹ ਚੀਜ਼ ਬੜੀ ਖੁਸ਼ੀ ਖੁਸ਼ ਰੱਖਦੀ ਹੈ ਮੈਨੂੰ ਮਤਲਬ ਸੀਰੀਅਸਲੀ ਲਾਈਕ ਐਜ਼ ਅ ਮਿਊਜ਼ਿਕ ਕ੍ਰਿਟਿਕ ਮਤਲਬ ਬੜੀ ਮਜ਼ਾ ਆਉਂਦਾ ਇਹ ਚੀਜ਼ ਦੇਖਣ 'ਚ ਕਿ ਵਾਹ ਕਿਆ ਬਾਤ ਹੈ ਯਾਰ ਘੁਰਾਇਆ ਜੋ ਇਹ ਬੰਦਾ ਕਰ ਰਿਹਾ ਇਹਦਾ ਜੋ ਫਲੋ ਹੈ ਇਹਦਾ ਜੋ ਗਾਉਣ ਦਾ ਤਰੀਕਾ ਆ ਰੈਪ ਕਰਨ ਦਾ ਲਾਈਕ ਇੱਕ ਮੇਨ ਸਟ੍ਰੀਮ ਰੈਪ ਆਰਟਿਸਟ ਵਾਲਾ ਹੈ ਠੀਕ ਹੈ ਚਾਹੇ ਲਾਈਕ ਹੀ ਇਜ਼ ਰਾਈਟ ਨਾਓ ਅ ਨਿਊ ਆਰਟਿਸਟ ਬਟ ਉਹ ਟਾਈਮ ਲੱਗੇ ਉਹ ਚੀਜ਼ ਗਰੋ ਹੋਏਗੀ ਜਦੋਂ ਬੰਦੇ ਨੂੰ
ਐਂ ਕਲਿੱਕ ਹੋਏਗਾ ਬੰਦਾ ਇਹ ਪੱਕਾ, ਜਿੱਦਾਂ ਇਹ ਸਮਝ ਆ ਗਈ ਨਾ ਲੋਕਾਂ ਨੂੰ ਕਿ ਮਤਲਬ, ਜਾਂ ਜਿੱਦਾਂ ਇੱਕ ਚੀਜ਼ ਕੈਚ ਹੋ ਗਈ, ਸਿਰਫ ਕੈਚ ਹੋਣ ਦੀ ਗੱਲ ਆ, ਜਿੱਦਾਂ ਕੋਈ ਦੋ ਤਿੰਨ ਲਾਈਨਾਂ ਕੈਚ ਹੋ ਗਈਆਂ ਲਾਈਕ ਇੰਸਟਾਗ੍ਰਾਮ 'ਤੇ ਜਾਂ ਕਿਤੇ ਵੀ ਰੀਲਾਂ ਰੂਲਾਂ 'ਚ, ਟਿਕਟੋਕ ਲਾਈਕ ਬ੍ਰੋ ਯੂ ਗੋਨਾ ਬੂਮ, ਖਿੱਚ ਕੇ ਰੱਖੋ ਯਾਰ ਕੰਮ, ਸਾਰੇ ਟਾਈਮ ਖਿੱਚ ਕੇ ਰੱਖੋ। ਸਤਿ ਸ਼੍ਰੀ ਅਕਾਲ।